ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਗਸੀਰ ਸਿੰਘ ਤੇ ਮੈਂ ਤੁਹਾਡੇ ਲਈ ਲੈ ਕੇ ਆਇਆ ਨਵੀਂ ਵੀਡੀਓ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਸੀਟੈਟ ਨੂੰ ਆਪਾਂ ਕਿਵੇਂ ਕੁਆਲੀਫਾਈ ਕਰ ਸਕਦੇ ਹਾਂ। ਪਹਿਲਾਂ ਉਸਦਾ ਪੈਟਰਨ ਸਮਝੋ, ਪੇਪਰ ਦਾ ਪੈਟਰਨ ਕਿੱਦਾਂ ਆਉਂਦਾ ਹੈ। ਇਸ ਦੇ ਵਿੱਚ CDP 30 ਮਾਰਕਸ ਦੀ, ਲੈਂਗੁਏਜ 1 30 ਮਾਰਕਸ ਦੀ, ਲੈਂਗੁਏਜ 2 30 ਮਾਰਕਸ ਦੀ, ਮੈਥ 30 ਮਾਰਕਸ ਦਾ ਆਉਂਦਾ ਹੈ, ਈਵੀਐਸ 30 ਮਾਰਕਸ ਦੀ ਆਉਂਦੀ, ਤਾਂ ਟੋਟਲ ਮਾਰਕਸ ਕਿੰਨੇ ਬਣ ਜਾਂਦੇ ਨੇ 150। ਇਸੇ ਤਰ੍ਹਾਂ ਇਹ ਵਾਲਾ ਕੁਐਸਚਨ ਵੀ 90 ਮਾਰਕਸ ਦਾ ਆਏਗਾ ਤੇ ਮੈਥ ਸਾਇੰਸ 60 ਮਾਰਕਸ ਦਾ ਤੇ SST 60 ਮਾਰਕਸ ਦੀ ਆ ਜਾਏਗੀ। ਤੇ ਪਰ ਇਸ ਦੇ ਵਿੱਚ ਦੇਖੋ, ਲੈਂਗੁਏਜ 1 ਹੈ ਜੋ, ਉਸ ਦੇ ਵਿੱਚ 15 ਨੰਬਰ ਦੇ ਦੋ ਪੈਰਾਗ੍ਰਾਫ ਆਣਗੇ ਤੇ 15 ਨੰਬਰ ਦੀ ਆਏਗੀ ਲੈਂਗੁਏਜ ਪੈਡਾਗੋਜੀ। ਲੈਂਗੁਏਜ 2 ਦੇ ਵਿੱਚ ਵੀ 15 ਨੰਬਰ ਦੇ ਪੈਰਾਗ੍ਰਾਫ ਤੇ 15 ਨੰਬਰ ਦੀ ਪੈਡਾਗੋਜੀ ਆ ਜਾਏਗੀ ਲੈਂਗੁਏਜ। ਮੈਥ ਦੇ ਵਿੱਚ ਵੀ ਕੀ ਹੋਏਗਾ, 20 ਮਾਰਕਸ ਦੇ ਸਮ ਤੇ 10 ਮਾਰਕਸ ਦੀ ਆ ਜਾਏਗੀ ਮੈਥ ਪੈਡਾਗੋਜੀ। ਤੇ EVS ਦੇ ਵਿੱਚ ਵੀ ਸੇਮ 20 ਮਾਰਕਸ ਦਾ ਆਪਣੇ ਕੋਲ ਸਬਜੈਕਟ ਦਾ ਕੰਟੈਂਟ ਆਏਗਾ ਤੇ 10 ਮਾਰਕਸ ਦੀ ਆ ਜਾਏਗੀ ਆਪਣੀ EVS ਪੈਡਾਗੋਜੀ। ਤਾਂ ਜੇ ਆਪਾਂ ਪੂਰਾ ਟੋਟਲ ਕਰੀਏ, ਪੈਡਾਗੋਜੀ ਆਪਣੀ ਕਿੰਨੇ ਮਾਰਕਸ ਦੀ ਬਣ ਜਾਂਦੀ ਹੈ, 80 ਮਾਰਕਸ ਦੀ। ਤੇ ਤੁਸੀਂ ਕੀ ਕਰਨਾ ਹੈ, ਇਸ ਨੂੰ ਹੀ ਸਟਰੋਂਗ ਕਰਨਾ, ਆਪਣੀ ਸਬਜੈਕਟ ਪੈਡਾਗੋਜੀ ਨੂੰ ਹੀ ਸਟਰੋਂਗ ਕਰਨਾ 80 ਮਾਰਕਸ ਨੂੰ, ਠੀਕ ਹੈ। ਇਹ ਕਿਉਂਕਿ ਇਸ ਨੂੰ ਸਟਰੋਂਗ ਕਰਨਾ ਬਹੁਤ ਈਜ਼ੀ ਹੈ, ਤੁਸੀਂ ਪੁਰਾਣੇ ਪੇਪਰ ਸੋਲਵ ਕਰਕੇ ਇਸ ਨੂੰ ਸਟਰੋਂਗ ਕਰ ਸਕਦੇ ਹੋ, ਠੀਕ ਹੈ। ਵੱਧ ਤੋਂ ਵੱਧ ਜੋ ਇਸ ਵਾਰ ਸ਼ਿਫਟਾਂ 'ਚ ਪੇਪਰ ਹੋਏ ਨੇ ਜਾਂ ਇਸ ਤੋਂ ਪਹਿਲਾਂ ਹੋਏ ਨੇ ਪੇਪਰ, ਸਾਰੇ ਤੁਸੀਂ ਇੱਕ ਵਾਰ, ਜੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਵੀ ਇੱਕ ਵਾਰ ਕਰ ਲਏ ਤਾਂ ਤੁਹਾਡੇ ਇਹ 80 ਮਾਰਕਸ ਆਪਣੇ ਪੱਕੇ ਹੋ ਜਾਣਗੇ, ਠੀਕ ਹੈ। ਅਤੇ ਤੁਸੀਂ ਇੱਕ ਵਾਰ ਪਰ ਇਹਨਾਂ ਨੂੰ ਕਰਨ ਲਈ ਚੈਨਲ ਫੋਲੋ ਕਰ ਸਕਦੇ ਹੋ, CDP ਲੈਂਗੁਏਜ 1 ਜਿਵੇਂ ਇੰਗਲਿਸ਼ ਹੋਵੇ ਤੁਹਾਡੀ, ਲੈਂਗੁਏਜ 2 ਹਿੰਦੀ ਹੋਵੇ, ਠੀਕ ਹੈ। ਤਾਂ ਤੁਸੀਂ ਇਹ 90 ਮਾਰਕਸ ਚੈਨਲ ਹੈ ਆਪਣੇ ਕੋਲ, ਲੈਟਸ ਲਰਨ ਹਿਮਾਂਸ਼ੀ ਮੈਮ ਦਾ ਚੈਨਲ ਹੈ, ਠੀਕ ਹੈ, ਇਸ ਨੂੰ ਫੋਲੋ ਕਰ ਸਕਦੇ ਹੋ। ਤੇ ਮੈਂ ਵੀ ਇੱਥੋਂ ਹੀ ਪ੍ਰੈਕਟਿਸ ਕਰਕੇ 30 ਦੇ ਵਿੱਚੋਂ 25 ਆਏ CDP ਦੇ ਵਿੱਚੋਂ, ਤੇ ਪੇਪਰ 1 ਤੇ 2 ਦੋਨੋਂ ਕੁਆਲੀਫਾਈ ਕੀਤੇ ਹੋਏ ਨੇ ਮੇਰੇ। ਤੇ ਪੇਪਰ 2 ਦੇ ਵਿੱਚ ਤੁਸੀਂ ਇਹ ਵਾਲਾ ਤਾਂ ਸੇਮ ਨੇ, CDP ਲੈਂਗੁਏਜ 1 ਤੇ ਲੈਂਗੁਏਜ 2 ਤੁਸੀਂ ਇਹ ਵਾਲੇ ਚੈਨਲ ਤੋਂ ਕਰ ਸਕਦੇ ਹੋ। ਉਸ ਤੋਂ ਬਾਅਦ ਕੀ ਹੈ, ਮੈਥ ਤੇ ਸਾਇੰਸ, ਠੀਕ ਹੈ। ਮੈਥ ਸਾਇੰਸ ਕਿੰਨੇ ਮਾਰਕਸ ਦੀ ਆਏਗੀ, 20-20 ਮਾਰਕਸ ਦਾ ਕੰਟੈਂਟ ਆਏਗਾ, 10 ਮਾਰਕਸ ਦੀ ਮੈਥ ਪੈਡਾਗੋਜੀ, 10 ਮਾਰਕਸ ਦੀ ਸਾਇੰਸ ਪੈਡਾਗੋਜੀ ਆਏਗੀ, ਠੀਕ ਹੈ। ਤੇ ਇਹ 10 ਮਾਰਕਸ ਦੇ ਵਿੱਚੋਂ ਤੁਸੀਂ ਕਿਵੇਂ ਆਪਣਾ ਸਟਰੋਂਗ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ, ਤੇ ਇਹਨਾਂ ਲਈ ਤੁਸੀਂ ਕਰਨੇ ਨੇ ਸਿਰਫ PVAQ ਕੁਐਸਚਨ ਕਰਨੇ। ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਕਰੋ, ਠੀਕ ਹੈ। ਜਿੰਨੇ ਕੁਐਸਚਨ ਹੁਣ ਤੱਕ ਆਏ ਨੇ ਉਹ ਵਾਲੇ ਪ੍ਰੈਕਟਿਸ ਕਰ ਲਓ, ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਜਾਣਗੇ। ਇਸੇ ਤਰ੍ਹਾਂ SST ਦੇ ਵਿੱਚ ਵੀ 40 ਮਾਰਕਸ ਦਾ ਆਪਣਾ ਸਬਜੈਕਟ ਆਏਗਾ, 20 ਮਾਰਕਸ ਦਾ ਕੀ ਆਏਗੀ ਸਬਜੈਕਟ ਪੈਡਾਗੋਜੀ ਆਏਗੀ, ਠੀਕ ਹੈ। ਇਹ ਵਾਲੇ 20 ਮਾਰਕਸ ਦੇ ਵਿੱਚ ਵੀ ਤੁਸੀਂ PVAQ ਕੁਐਸਚਨ ਕਰੋਗੇ ਤਾਂ ਓਨਲੀ PVAQ, ਠੀਕ ਹੈ, ਜੋ ਹੁਣ ਤੱਕ ਆ ਚੁੱਕੇ ਨੇ ਉਹ ਵਾਲੇ ਕਰ ਲਓ, ਤਾਂ ਤੁਹਾਡੇ 20 ਦੇ ਵਿੱਚੋਂ 15 ਜਾਂ 18 ਮਾਰਕਸ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਸਾਇੰਸ ਕਿੱਥੋਂ ਕਰ ਸਕਦੇ ਹੋ, ਸਾਇੰਸ ਅਤੇ SST। ਸਾਇੰਸ SST ਲਈ ਇੱਕ ਚੈਨਲ ਹੈ ਸਚਿਨ ਅਕੈਡਮੀ, ਠੀਕ ਹੈ। 6th ਤੋਂ ਲੈ ਕੇ 8th ਕਲਾਸ ਤੱਕ ਦੀਆਂ ਉਸਨੇ ਮੈਰਾਥਨ ਲਗਾਈਆਂ ਹੋਈਆਂ ਨੇ NCERT ਦੀ ਬੁੱਕਸ ਦੇ ਵਿੱਚੋਂ, ਉਹ ਵਾਲੀਆਂ ਲਗਾਉਣੀਆਂ ਨੇ। ਅਤੇ ਉਹ ਵਾਲੀਆਂ ਲਗਾਉਣ ਤੋਂ ਬਾਅਦ ਤੁਸੀਂ ਕਰਨਾ ਹੈ ਇੱਕ PVAQ ਬੁੱਕ ਲੈ ਆਉਣੀ ਹੈ ਪੁਰਾਣੇ ਪੇਪਰ ਵਾਲੀ, ਠੀਕ ਹੈ। ਉਸ ਦੇ ਵਿੱਚ ਕੀ ਕਰਨਾ, ਤੁਸੀਂ ਪੁਰਾਣੇ ਪੇਪਰ ਦੇਖਣੇ ਨੇ, ਸੋਲਵ ਕਰਕੇ ਦੇਖਣੇ ਨੇ, ਅਤੇ ਉਸ ਦੇ ਵਿੱਚ ਟੌਪਿਕ ਦੇਖਣੇ ਨੇ ਵੀ ਕਿਹੜੇ ਟੌਪਿਕ ਦੇ ਵਿੱਚੋਂ ਕੁਐਸਚਨ ਵੱਧ ਆ ਰਹੇ ਨੇ, ਉਹ ਟੌਪਿਕ ਲਿਖੋ ਕਾਪੀ 'ਤੇ, ਅਤੇ ਵਾਰ ਵਾਰ ਫਿਰ ਉਸਨੂੰ 6th ਤੋਂ ਲੈ ਕੇ 8th ਕਲਾਸ ਦੀ NCERT ਬੁੱਕਸ ਦੇ ਵਿੱਚੋਂ ਲੱਭ ਕੇ ਸਰਚ ਕਰਕੇ ਰੀਡ ਕਰੋ, ਵਾਰ ਵਾਰ ਪ੍ਰੈਕਟਿਸ ਕਰੋ, ਠੀਕ ਹੈ। ਵੱਧ ਤੋਂ ਵੱਧ ਤੁਸੀਂ ਜਿੰਨਾ PVAQ ਕੁਐਸਚਨ ਕਰ ਸਕਦੇ ਹੋ, ਠੀਕ ਹੈ, ਜਿੰਨਾ PVAQ ਕੁਐਸਚਨ ਕਰ ਸਕਦੇ ਹੋ, ਪੁਰਾਣੇ ਪੇਪਰ ਸੋਲਵ ਕਰ ਸਕਦੇ ਹੋ, ਉਨੇ ਕਰੋ। ਅਤੇ ਪੇਪਰ ਦੇਣ ਤੋਂ ਪਹਿਲਾਂ ਮੌਕ ਟੈਸਟ ਜ਼ਰੂਰ ਲਗਾਇਓ, ਠੀਕ ਹੈ, ਤਾਂ ਤੁਹਾਡਾ ਪੇਪਰ ਕਲੀਅਰ ਜ਼ਰੂਰ ਹੋਏਗਾ, ਠੀਕ ਹੈ। ਉਮੀਦ ਹੈ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ, ਠੀਕ ਹੈ। ਇੱਦਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ।